ਅਊਜ਼ਬਿੱਲਾਹਿ ਮਿਨਸ਼ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਹਾਂਜੀ ਵੀਵਰਸ, ਤਾਂ ਅੱਜ ਮੈਂ ਤੁਹਾਨੂੰ ਵਿਖਾ ਰਿਹਾ ਕਜਲੇ ਲੇਲੇ ਅਤੇ ਫੇਟਾਂ, ਕਜਲੀਆਂ ਲੇਲੇ ਅਤੇ ਕਜਲੀਆਂ ਫੇਟਾਂ। ਇਹ ਵੇਖੋ, ਇਹ ਲੇਲਾ ਵਧਾ ਅਤੇ ਇਹ ਕਜਲੀ ਫੇਟ ਵਧੀ। ਇਸ ਤਰ੍ਹਾਂ ਜਿਹੜਾ ਹੋਵੇ ਨਾ, ਕੰਨੀ ਜਿਹੜੇ ਦੀ ਕਾਲੀ ਹੋਵੇ, ਸਿਰ ਕਾਲਾ ਹੋਵੇ, ਉਹਨੂੰ ਕਜਲਾ ਆਉਂਦੇ ਹੁੰਦੇ। ਆਹ ਸਿੰਘੀ ਇਹਦੇ ਹਨ ਛੋਟੇ ਛੋਟੇ, ਇਹਦੇ ਚੈੱਕ ਕਰ, ਮਰਿੰਦਾ ਹੀ ਨਹੀਂ। ਕਜਲਾ ਲੇਲਾ ਕਾਲਾ। ਅੱਛਾ ਇਹ ਨੇ ਵੀਵਰਸ ਕਜਲੀ ਫੇਟ। ਆਹ ਚੈੱਕ ਕਰੋ, ਕੰਨ ਚੈੱਕ ਕਰੋ, ਇਹ ਕਜਲੀ ਫੇਟ ਨੇ। ਭੁੱਖ ਨਾਲ ਮੋਹੀਆਂ ਵਧੀਆਂ ਨੇ ਇਹਦੇ ਵੇ। ਜਿਹੜੀ ਮਿੱਟੀ ਛਿੱਟੀ ਆਉਂਦੀ ਨੇ ਉਹ ਬੇੜੀ ਪੈਂਦੀਆਂ ਨੇ ਇਹਦੇ ਵੇ। ਅੱਜ ਕੱਲ੍ਹ ਯਾਰ ਇੱਥੇ ਸਾਡੇ ਕੋਲ ਬਾਹਰ ਸੁਣਦੇ, ਕਿਤੇ ਬਾਹਰ ਇੱਥੇ ਬਹਿ ਜਾਂਦੇ ਨਾ, ਇਹ ਮੋੜ ਵਿਚਾਰ ਸਾਡੇ ਘਬਾ ਡੰਮ ਦੇ ਸ਼ਾਮ ਦਿਨ ਬੰਦੇ ਆ ਤੇ ਚਰੇਂਦੇ। ਐਵੇਂ ਜੁੜੀਆਂ ਖਲੋਤੀਆਂ ਸਿਰ ਠਾਡ ਨਾ, ਠਾਡ ਤੇ ਮੁੜੇ ਇੰਝ ਚਰਦੀਆਂ ਹੋਈਆਂ ਨੇ। ਵੀਵਰ ਇਹ ਤਾਂ ਜਿਹੜਾ ਨਾ ਤਕਰੀਬਨ ਜਿਹੜਾ ਲੇਲਾ ਨਾ, ਲੇਲਾ ਸਜਾਇਆ 12-15 ਹਜ਼ਾਰ ਰੁਪਏ ਦਾ ਵਿਕਦਾ ਉਹ ਵਾਲਾ। ਹਾਂਜੀ ਵੀਵਰ, ਤਾਂ ਇਹ ਮੋਟਰਵੇ ਦੇ ਉੱਤੇ ਬੱਕਰੀਆਂ ਚੜੀਆਂ ਵਧੀ ਨਾਲ ਨਾਲ। ਆ ਕਿਤਨੀ ਖੂਬਸੂਰਤ ਲੱਗਦੀਆਂ ਪਿੰਡ, ਮਾਸ਼ਾਅੱਲਾ। ਅੱਲਾਹ ਇਹਨਾਂ ਦੀ ਹੋਰ ਬਰਕਤਾਂ ਦੇਵੇ ਯਾਰ, ਕਮਾਲ ਖੂਬਸੂਰਤੀ ਹੈ ਜੀ। ਮਾਲਕ ਦੇ ਪਿੱਛੇ ਵਧੀਆ ਬਣੀਆਂ। ਇਹ ਹੁਣ ਤਾਂ ਪੁੜਕਾਂ ਦੀਆਂ ਪੈਣਾ। ਮੋਟਰਵੇ ਤੋਂ ਲਾਇਆ ਸਾਰੀਆਂ ਰੱਬੜ ਤੇ ਖੜੀਆਂ ਰੂਚੀਆਂ।